हवा देवर के आते तेरा नाम लिख लिया। नाम तो मैं लिख लिया पर उसके पीछे लिखवाया किने किने आ तुम मेकिंग में दस दिया। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਗੋਲ ਬੋਏ ਅਤੇ ਅੱਜ ਆਪਾਂ ਗੱਲ ਕਰਾਂਗੇ ਚੰਨਾ ਮੇਰਿਆ ਮੂਵੀ ਦੀ, ਜੋ 14 ਜੁਲਾਈ ਨੂੰ ਰਿਲੀਜ਼ ਹੋ ਰਹੀ ਆ ਅਤੇ ਨਿੰਜਾ ਵੀਰ ਦੀ ਡੈਬਿਊ ਮੂਵੀ ਆ ਅਤੇ ਮੇਰਾ ਵੀ ਡੈਬਿਊ ਹੀ ਆ ਐਜ਼ ਆ ਮਿਊਜ਼ਿਕ ਪ੍ਰੋਡਿਊਸਰ। ਅਤੇ ਬਹੁਤ ਯਾਦਾਂ ਇਸ ਮੂਵੀ ਦੌਰਾਨ ਜੁੜੀਆਂ। ਹਵਾ ਦੇ ਵਰਖਿਆਂ 'ਤੇ ਤੇਰਾ ਨਾਮ ਲਿਖ ਲਿਆ, ਸਿੱਖ ਲਿਆ ਜਿਹੜੇ ਰਾਹਾਂ 'ਤੇ ਤੇਰੇ। ਓਏ ਤੂੰ ਕਿਉਂ ਖੜਾ ਇੱਥੇ, ਦਫਾ। ਤੈਨੂੰ ਕਰਨਾ ਪਿਆਰ ਸਿੱਖ ਲਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਨਵੀ ਕੰਬੋਜ ਫਿਰੋਜ਼ਪੁਰ ਵਾਲਾ। ਹੁਣ ਤੱਕ ਤੁਸੀਂ ਮੇਰੇ ਸਾਰੇ ਗਾਣਿਆਂ ਨੂੰ ਬਹੁਤ ਸਪੋਰਟ ਕੀਤਾ। ਰੀਸੈਂਟਲੀ ਅਸੀਂ ਚੰਨਾ ਮੇਰਿਆ ਮੂਵੀ ਦਾ ਪਹਿਲਾ ਗਾਣਾ ਹਵਾ ਦੇ ਵਰਕੇ ਅਤੇ ਬਹੁਤ ਵਧੀਆ ਸ਼ੂਟ ਹੋਇਆ, ਸਾਰੀਆਂ ਚੀਜ਼ਾਂ ਬਹੁਤ ਵਧੀਆ ਹੋਈਆਂ। ਅਚਾਨਕ ਇੱਕ ਦਿਨ ਮੈਨੂੰ 1:30-2 ਵਜੇ ਗੋਲਡ ਬੋਏ ਦਾ ਹੀ ਕਾਲ ਆਈ ਹੋਊਗੀ, ਕਹਿੰਦਾ ਭਾਅ ਜੀ ਆਪਣਾ ਮੂਵੀ ਲਈ ਗਾਣਾ ਕਰਨਾ ਇੱਕ। ਅਤੇ ਮੈਂ ਕਿਹਾ ਯਾਰ ਬਹੁਤ ਲੇਟ ਹੋ ਗਿਆ, ਹੁਣ ਆਪਾਂ ਕੱਲ੍ਹ ਨੂੰ ਕਰੀਏ। ਕਹਿੰਦਾ ਨਹੀਂ ਭਾਅ ਜੀ ਯਾਰ, ਅੱਜ ਹੀ ਕਰਨਾ, ਅਸੀਂ ਬੈਠੇ ਹਾਂ ਪੂਰੀ ਟੀਮ ਅਤੇ ਆਪਾਂ ਕਰੀਏ ਕੁਛ। ਮੈਂ ਕਿਹਾ ਚਲੋ ਮੈਨੂੰ ਥੋੜ੍ਹਾ ਟਾਈਮ ਦਿਓ। ਨਾਲੇ ਉਹਨਾਂ ਨੇ ਜਿਵੇਂ ਕਨਸੈਪਟ ਦੱਸਿਆ ਅਤੇ ਰੋਮੈਂਟਿਕ ਫੀਲ ਸੀਗਾ ਪ੍ਰੋਪਰ, ਇੱਦਾਂ ਪਿਆਰ ਮੁਹੱਬਤ ਦੀਆਂ ਗੱਲਾਂ ਲਿਖਣੀਆਂ ਸੀਗੀਆਂ, ਤਾਂ ਮੇਰੇ ਮਾਇੰਡ 'ਚ ਮੈਂ ਕੁਛ ਥੋਟਸ ਚੱਲਦੇ ਪਏ ਸੀ। ਮੈਂ ਕਿਹਾ ਚਲੋ ਮੈਂ ਟਰਾਈ ਕਰਦਾ, ਜੇ ਹੋ ਗਿਆ ਤਾਂ ਮੈਂ ਹੁਣੇ ਸੈਂਡ ਕਰੂੰਗਾ। ਤਾਂ 5-10 ਮਿੰਟ ਲੱਗੇ ਉਹ ਕੰਪਲੀਟ ਕਰਕੇ, ਮੈਂ ਇਹਨਾਂ ਨੂੰ ਸੈਂਡ ਕੀਤਾ। ਤਾਂ ਉਸ ਤੋਂ ਬਾਅਦ ਜਿਵੇਂ ਹੀ ਕੰਪੋਜੀਸ਼ਨ ਬਣਾ ਕੇ ਉਹਨਾਂ ਨੇ ਮੈਨੂੰ ਭੇਜਿਆ ਅਤੇ ਸਵਾਦ ਆ ਗਿਆ ਸੁਣ ਕੇ। ਆਪਾਂ ਅੱਜ ਗੱਲ ਕਰ ਰਹੇ ਹਾਂ, ਗਾਣੇ ਦਾ ਟਾਈਟਲ ਹੈ ਹਵਾ ਦੇ ਵਰਕੇ। ਸਹੀ ਕਰਦਾ, ਮੈਂ ਹਰ ਵਾਰ ਹਰਫ ਬੋਲ ਦਿੰਦਾ। ਅਤੇ ਹਵਾ ਦੇ ਵਰਕੇ ਗਾਣੇ ਦਾ ਟਾਈਟਲ ਹੈ। ਗਾਣੇ ਦੀ ਸਟੋਰੀ ਵੈਸੇ ਦੱਸੀ ਹੋਈ ਬਾਈ ਨੇ, ਮੈਂ ਇੱਕ ਵਾਰ ਦੁਬਾਰਾ ਹੋਰ ਥੋੜ੍ਹਾ ਟਾਈਮ ਚੱਕਣਾ, ਥੋੜ੍ਹਾ ਦੱਸ ਦਿਉ ਦੱਸ। ਅਤੇ ਆਪਾਂ ਬੋਲ ਦਿੰਦੇ, ਗਾਣਾ ਗੋਲਡੀ ਨੇ ਬਣਾਉਣਾ ਸੀਗਾ, ਗੋਲਡੀ ਦਾ ਫਾਈਨਲ ਹੋ ਰੱਖਿਆ ਸੀਗਾ ਕਿ ਪੰਕਜ ਬਾਈ ਨੇ ਕਿਹਾ ਸੀ ਹਾਂ ਰੋਮੈਂਟਿਕ ਫੀਲ ਚਾਹੀਦੀ ਹੈ ਅਤੇ ਗੋਲਡੀ ਤੋਂ ਵਧੀਆ ਕੋਈ ਨਹੀਂ ਬਣਾ ਸਕਦਾ। ਫਿਰ ਗੋਲਡੀ ਕੋਲ ਗਏ, ਗੋਲਡੀ ਤੋਂ ਗੱਲ ਕੀਤੀ, ਇੱਦਾਂ ਇੱਦਾਂ ਗਾਣਾ ਕਰਨਾ ਯਾਰ ਕਿੱਦਾਂ ਕਰੀਏ, ਅਤੇ 2-3 ਬੰਦਿਆਂ ਨੂੰ ਅਪਰੋਚ ਕੀਤਾ ਲਿਰਿਕਸ ਦੇ ਲਈ। ਅਤੇ ਤੁਹਾਨੂੰ ਪਤਾ ਹੀ ਹੈ ਕਿ ਗੋਲਡੀ ਜਲਦੀ ਸੈਟਿਸਫਾਈ ਨਹੀਂ ਹੁੰਦਾ, ਜੇ ਚੰਗਾ ਕੰਮ ਕਰਨਾ ਤਾਂ ਜਲਦੀ ਸੈਟਿਸਫੈਕਸ਼ਨ ਨਹੀਂ ਮਿਲਦੀ। ਅਤੇ ਗੋਲਡੀ ਨੇ ਨਵੀਂ ਵੀਰੇ ਨੂੰ ਅਪਰੋਚ ਕੀਤਾ ਕਿ ਭਾਅ ਜੀ ਆਪਾਂ ਗਾਣਾ ਬਣਾਉਣਾ, ਰਾਤ ਦਾ ਟਾਈਮ ਸੀਗਾ ਸ਼ਾਇਦ ਬਾਈ ਨੇ ਦੱਸਿਆ ਹੋਇਆ ਤੁਹਾਨੂੰ। ਹਾਂਜੀ ਹਾਂਜੀ। ਅਤੇ ਰਾਤ ਨੂੰ ਅਪਰੋਚ ਕੀਤਾ, ਗਾਣੇ ਦੇ ਲਿਰਿਕਸ ਮੰਗਵਾਏ, ਕੁਛ ਕੰਪੋਜ਼ ਕੀਤਾ, ਨੈਕਸਟ ਡੇ ਸਾਨੂੰ ਸੁਣਾਇਆ। ਰਾਤ ਨੂੰ ਹੀ ਇਵਨ ਇਹਨੇ ਮੇਲ ਕਰਤੀ ਕਿ ਭਾਈ ਸੁਣੋ ਕੁਛ ਚੀਜ਼ ਬਣ ਗਈ, ਸਾਰਿਆਂ ਨੂੰ ਮੇਲ ਚਲੀ। ਹਾਂਜੀ। ਅਤੇ ਜਦੋਂ ਮੈਨੂੰ ਉਮੇਸ਼ ਭਾਈ ਦਾ ਕਾਲ ਆਇਆ ਕਿ ਤੂੰ ਮੂਵੀ ਦਾ ਮਿਊਜ਼ਿਕ ਕਰਨਾ ਆ, ਅਤੇ ਮੈਨੂੰ ਤੇਰੇ ਤੋਂ ਬਹੁਤ ਉਮੀਦਾਂ ਨੇ, ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੇਰੇ ਤੋਂ ਉਮੀਦਾਂ ਨੇ ਤੂੰ ਕਰ ਸਕਦਾ, ਅਤੇ ਫਿਰ ਇੱਕ ਰਿਸਪੋਂਸੀਬਿਲਿਟੀ ਆ ਜਾਂਦੀ ਆ ਕਿ ਯਾਰ ਮੈਂ ਕਰਨਾ ਹੀ ਕਰਨਾ। ਅਤੇ ਫਿਰ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਮੈਂ ਮਿਊਜ਼ਿਕ ਕਿਸ ਮੂਵੀ ਦਾ ਕਰਨਾ, ਸੈਰਾਟ ਦਾ ਰੀਮੇਕ ਸੀਗਾ, ਸੈਰਾਟ ਦੇ ਵਿੱਚ ਅਜੇ ਅਤੁਲ ਜੀ ਨੇ ਮਿਊਜ਼ਿਕ ਕੀਤਾ ਹੋਇਆ ਸੀ, ਉਹ ਇੱਕ ਤਰ੍ਹਾਂ ਲਿਵਿੰਗ ਲੈਜੈਂਡ ਨੇ, ਉਹਨਾਂ ਨੇ ਇੰਨੇ ਸੋਹਣੇ ਸੋਹਣੇ ਗਾਣੇ ਕੀਤੇ ਆ। ਅਤੇ ਮੈਂ ਸੋਚ ਵੀ ਨਹੀਂ ਸਕਦਾ ਕਿ ਉਹਨਾਂ ਨੂੰ ਉਹਨਾਂ ਦੇ ਗਾਣਿਆਂ ਵਰਗਾ ਗਾਣੇ ਬਣਾ ਸਕਾਂ, ਫਿਰ ਵੀ ਕੋਸ਼ਿਸ਼ ਕੀਤੀ। ਫਿਰ ਵੀ ਕਿਉਂਕਿ ਸਾਡੇ ਜਿਹੜੇ ਮੈਂਟਰ ਸੀਗੇ ਪੰਕਜ ਭਾਅ ਜੀ, ਉਹ ਆਪ
ਖੁਦ ਮਤਲਬ ਚਾਹੇ ਉਹ 5 ਵਜੇ ਤੱਕ ਸ਼ੂਟ ਚੱਲ ਰਿਹਾ ਤਾਂ ਆਪ ਔਨ ਦਾ ਔਨ ਸੈਟ ਸੀਗੇ ਇਹ ਨਹੀਂ ਸੀ ਵੀ ਜੇ ਠੰਡ ਬਹੁਤ ਆ ਤਾਂ ਅੱਗ ਦੇ ਨੇੜੇ ਬੈਠਣੇ ਨਹੀਂ ਉਹ ਸਾਨੂੰ 10 ਵਾਰੀ 20 ਵਾਰੀ 50 ਵਾਰੀ 100 ਵਾਰੀ ਸਾਨੂੰ ਸਮਝਾਉਂਦੇ ਸੀਗੇ ਕੀ ਕਹਿੰਦੀ ਫਿਰ ਭਰਜਾਈ ਕਹਿੰਦੀ ਦਫਾ ਕਿਉਂਕਿ ਜਿਹੜਾ ਟੈਕਸਚਰ ਮੂਵੀ ਦੇ ਵਿੱਚ ਉਸ ਵਿੰਟਰਸ ਦੇ ਵਿੱਚ ਆਇਆ ਮੈਨੂੰ ਨਹੀਂ ਲੱਗਦਾ ਵੀ ਉਹ ਸਮਰ ਦੇ ਵਿੱਚ ਉਹ ਟੈਕਸਚਰ ਆਉਂਦਾ ਜੋ ਪੰਕਜ ਭਾਈ ਦਾ ਜੋ ਮਤਲਬ ਮਾਇੰਡ ਸੈਟਅਪ ਸੀਗਾ ਵੀ ਆਪਾਂ ਉਹ ਦਸੰਬਰ ਜਨਵਰੀ ਦੇ ਵਿੱਚ ਜਾ ਕੇ ਸ਼ੂਟ ਕਰਨਾ ਅਤੇ ਉਹ ਜੋ ਮੈਂ ਇਕੱਲਾ ਨਹੀਂ ਉਹਦੇ ਵਿੱਚ ਹੋਇਆ ਕਿਉਂਕਿ ਉਹਦੇ ਵਿੱਚ ਕਿਊ ਮੈਂਬਰਸ ਵੀ ਸੀਗੇ ਸਾਡੇ ਜੂਨੀਅਰ ਆਰਟਿਸਟ ਵੀ ਸੀਗੇ ਜੋ ਸਾਡੇ ਤੋਂ ਵੀ ਜ਼ਿਆਦਾ ਪਾਣੀ ਦੇ ਵਿੱਚ ਰਹੇ ਨੇ ਅਤੇ ਉਹਦੇ ਵਿੱਚ ਪਾਇਲ ਖੁਦ ਪਾਣੀ ਦੇ ਵਿੱਚ ਖੜੀ ਗਈ ਅਤੇ ਮੈਂ ਤਾਂ ਦੋ ਦਿਨ ਮੇਰਾ ਤਾਂ 2 ਦਿਨ ਸ਼ੂਟ ਸੀਗਾ ਉਹਨਾਂ ਨੇ ਤਿੰਨ ਦਿਨ ਸ਼ੂਟ ਐਕਚੁਲੀ 3 ਦਿਨ ਉਹ ਪਾਣੀ ਦੇ ਵਿੱਚ ਰਹੇ ਨੇ ਕਰਮਜੀਤ ਭਾਜੀ ਵੀ ਮੇਰੇ ਤੋਂ 1 ਦਿਨ ਐਕਸਟਰਾ ਰਹੇ ਨੇ ਕਿਉਂਕਿ ਮੈਂ ਇਕੱਲੇ ਨੇ ਨਹੀਂ ਓਵਰਆਲ ਪੂਰੀ ਟੀਮ ਨੇ ਸਾਰਾ ਕੁਝ ਫੇਸ ਕੀਤਾ ਅਤੇ ਤਾਂ ਹੀ ਉਹਦਾ ਜਿਹੜਾ ਰਿਜ਼ਲਟ ਆ ਪੋਜ਼ੀਟਿਵ ਹਵਾ ਦੇ ਵਰਕੇ ਗਾਣਾ ਜਦੋਂ ਪੰਕਜ ਭਾਅ ਜੀ ਨੇ ਵੀ ਮੈਨੂੰ ਮੌਕਾ ਦਿੱਤਾ ਉਹਨਾਂ ਨੇ ਵੀ ਜਦੋਂ ਮੇਰੇ ਨਾਲ ਬੈਠੇ ਕਿ ਗੋਲਡੀ ਇੱਦਾਂ ਦਾ ਕਰਕੇ ਹੈਗਾ ਆ ਇੱਦਾਂ ਆਹ ਸਿਚੁਏਸ਼ਨ ਆ ਇੱਦਾਂ ਦਾ ਮਿਊਜ਼ਿਕ ਚਾਹੀਦਾ ਆ ਇਹਦੇ ਵਿੱਚ ਵਾਇਲਨ ਔਰਕੈਸਟਰਾ ਚਾਹੀਦਾ ਸਾਨੂੰ ਅਤੇ ਫਿਰ ਮੈਂ ਸਹਿਰਾਟ ਮੂਵੀ ਆਈ ਥਿੰਕ 10-15 ਵਾਰ ਮੈਂ ਦੇਖੀ ਉਹਨਾਂ ਦਾ ਮਿਊਜ਼ਿਕ ਸੁਣਿਆ ਅਤੇ ਮੈਨੂੰ ਬਹੁਤ ਮਤਲਬ ਡਰ ਵੀ ਗਿਆ ਸੀ ਕਿ ਮੈਂ ਕਰ ਲੂੰਗਾ ਪਰ ਫਿਰ ਵੀ ਮੈਂ ਆਪਣੇ ਅੰਦਰ ਹਿੰਮਤ ਰੱਖੀ ਕਿ ਨਹੀਂ ਮੈਂ ਕਰ ਸਕਦਾ ਅਤੇ ਫਿਰ ਅਸੀਂ ਸਾਰੇ ਬੈਠੇ ਹੋਏ ਸੀਗੇ ਨਿੰਜਾ ਭਾਅ ਜੀ ਮੈਂ ਅਤੇ ਅਸੀਂ ਜਦੋਂ ਗਾਣਾ ਬਣਾ ਰਹੇ ਸੀ ਸਾਡੀ ਅੱਖਾਂ ਦੇ ਵਿੱਚ ਹੰਝੂ ਆ ਗਏ ਜਦੋਂ ਇਹ ਕੰਪੋਜੀਸ਼ਨ ਮੈਂ ਬਣਾਈ ਅਤੇ ਨਿੰਜਾ ਭਾਅ ਜੀ ਨੇ ਕਿਹਾ ਕਿ ਹਾਂ ਇਹੀ ਸਾਨੂੰ ਚਾਹੀਦਾ ਸੀਗਾ ਇਹੀ ਗਾਣਾ ਜੋ ਇਸ ਮੂਵੀ ਦਾ ਸਾਨੂੰ ਚਾਹੀਦਾ ਸੀ ਇਹ ਉਹ ਗਾਣਾ ਪੈ ਜਾਂਦੇ ਨੇ ਕਦਮ ਦਿਲ ਤਾਂ ਕਰਦਾ ਚੁੰਮ ਲਵਾ ਤੇਰੇ ਰਾਮੇ ਸਨਮ ਹਵਾ ਦੇ ਵਰਕੇ ਜਿਹੜਾ ਗਾਣਾ ਮੇਰਾ ਛੋਟਾ ਭਰਾ ਗੋਲਡ ਹੋਏ ਜਿਹਨੇ ਮਿਊਜ਼ਿਕ ਦਿੱਤਾ ਅਤੇ ਨਵੀਂ ਕੰਪੋਜ ਵੀ ਇਹਨੇ ਲਿਖਿਆ ਔਰ ਪੰਕਜ ਭਾਈ ਨੇ ਡਾਇਰੈਕਟ ਕੀਤਾ ਮੈਂ ਗਾਇਆ ਮੈਂ ਇਸ ਗਾਣੇ ਨਾਲ ਬਹੁਤ ਕੁਛ ਯਾਦਾਂ ਜੁੜੀਆਂ ਹੋਈਆਂ ਨੇ ਕਿਉਂਕਿ ਇਹ ਗਾਣਾ ਮੈਂ ਨਹੀਂ ਸੀ ਗਾਉਣਾ ਕਿਉਂਕਿ ਮੈਂ ਇੰਨਾ ਵਧੀਆ ਇਹ ਗਾਣੇ ਨੂੰ ਨਿਭਾ ਨਹੀਂ ਸੀ ਸਕਦਾ ਇਸ ਗਾਣੇ ਨੂੰ ਬਹੁਤ ਚੰਗਾ ਨਿਭਾ ਚੁੱਕੇ ਸੀ ਮੇਰਾ ਬ੍ਰਦਰ ਜਿਹੜਾ ਗੋਲਡ ਬੋਏ ਉਹ ਇਸ ਗਾਣੇ ਨੂੰ ਬਹੁਤ ਬਾਖੂਬੀ ਨਿਭਾ ਚੁੱਕਾ ਸੀਗਾ ਕੁਛ ਰੀਜ਼ਨਸ ਕਰਕੇ ਉਹ ਗਾਣਾ ਨਹੀਂ ਗਾ ਸਕਿਆ ਜਾਂ ਕੁਛ ਇਹੋ ਜਿਹੇ ਟੈਕਨੀਕਲ ਪ੍ਰੋਬਲਮ ਸੀਗੀਆਂ ਕੁਛ ਇਹੋ ਜਿਹੇ ਇਸ਼ੂ ਸੀਗੇ ਵੀ ਉਹਨੇ ਨਹੀਂ ਗਾਇਆ ਨਹੀਂ ਤਾਂ ਮੈਂ ਚਾਹੁੰਦਾ ਸੀ ਉਮੇਸ਼ ਭਾਅ ਜੀ ਇਹ ਖੁਦ ਚਾਹੁੰਦੇ ਸੀ ਵੀ ਉਹ ਗਾਣਾ ਗੋਲਡ ਬੋਏ ਗਾਏ ਅਤੇ ਜਿੰਨਾ ਤੁਸੀਂ ਮੇਰੀ ਆ ਵੋਕਲ ਦੇ ਵਿੱਚ ਇਹਨੂੰ ਪਸੰਦ ਕੀਤਾ ਉਹ ਤੋਂ ਜ਼ਿਆਦਾ 100 ਗੁਣਾ ਜ਼ਿਆਦਾ ਤੁਸੀਂ ਗੋਲਡ ਬੋਏ ਦੀ ਵੋਕਲ ਦੇ ਵਿੱਚ ਤੁਸੀਂ ਇਸ ਗਾਣੇ ਨੂੰ ਪਸੰਦ ਹਵਾ ਦੇ ਆ ਜਿਹੜੀ ਸਟੋਰੀ ਭਾਅ ਜੀ ਨੇ ਵਿੱਚ ਦੱਸੀ ਆ ਕਿ ਮੇਰੇ ਤੋਂ ਪਹਿਲਾਂ ਵੀ 2-3 ਜਣਿਆਂ ਨੂੰ ਅਪਰੋਚ ਉਹਦੇ ਬਾਰੇ ਮੈਨੂੰ ਨਹੀਂ ਪਤਾ ਸੀ ਚਲੋ ਵਧੀਆ ਗੱਲ ਮੈਂ ਬਹੁਤ ਖੁਸ਼ ਹਾਂ ਨਹੀਂ ਇਹ ਬੜਾ ਬੇਸਿਕ ਜਿਹਾ ਫੈਨੋਮੀਨਾ ਹੈ ਕਿ ਆਪਾਂ ਕਦੇ ਵੀ ਕੋਈ ਕੰਮ ਕਰਨਾ ਤੇ ਆਪਾਂ ਆਪਸ਼ਨ ਜ਼ਰੂਰ ਲੈ ਕੇ ਜਾਂਦੇ ਬਿਲਕੁਲ ਬਿਕੋਜ਼ ਟਾਈਮ ਬਾਉਂਡੇਸ਼ਨ ਹੁੰਦੀ ਜਦ ਕਿਸੇ ਚੀਜ਼ ਨੂੰ ਕੰਮ ਕਰਨਾ ਤਾਂ ਜੇ ਆਪਾਂ ਸਿਰਫ ਇੱਕੋ ਜਗ੍ਹਾ ਦਿੱਤਾ ਯਾਨੀ ਕਿ ਸਾਡਾ ਜੇ ਬਾਈ ਚਾਂਸ ਗਾਣਾ ਨਹੀਂ ਕਲਿੱਕ ਹੋਏਗਾ ਤਾਂ ਆਪਣੇ ਕੋਲ ਦੁਬਾਰਾ ਐਕਸਰਸਾਈਜ਼ ਸਟਾਰਟ ਕਰਨੀ ਪਏਗੀ ਇਟ ਇਜ਼ ਲਾਈਕ ਕਿ ਆਪਾਂ ਸਾਰਿਆਂ ਨੂੰ ਦਿੱਤਾ ਹੋਇਆ ਸੀਗਾ ਬਟ ਇਹ ਵੀ ਅਚੀਵਮੈਂਟ ਹੀ ਹੁੰਦੀ ਬਿਲਕੁਲ ਮੈਂ ਉਹਦੇ ਵਿੱਚੋਂ ਟੌਪ ਤੇ ਬੰਦਾ ਇੱਕ ਮੈਂ ਉਸੇ ਗੱਲ ਤੇ ਖੁਸ਼ ਹਾਂ ਕਿ ਜਿਹੜੀ ਰੇਸ 'ਚ ਮੈਂ ਭੱਜ ਰਿਹਾ ਸੀਗਾ ਮੈਨੂੰ ਇਹਨਾਂ ਨੂੰ ਰੇਸ 'ਚ ਭੱਜਣ ਦੀ ਲੋੜ ਹੀ ਨਹੀਂ ਕਿਉਂਕਿ ਜੋ ਲਿਖਿਆ ਤੁਸੀਂ ਮੈਂ ਕਹਿੰਦਾ ਕਿ ਮੈਨੂੰ ਪਤਾ ਨਹੀਂ ਕਿ ਇੰਡਸਟਰੀ ਦੇ ਵਿੱਚ ਹੋਰ ਕੌਣ
ਇੰਨੀ ਵਧੀਆ ਸ਼ਾਇਰੀ ਹੈ ਜਿਹੜੀ ਉਹ ਲਿਖਦਾ ਪੋਇਟਰੀ ਬਹੁਤ ਬਾ ਕਮਾਲ ਲਿਖੀ ਹੈ ਆਪਾਂ ਨੂੰ ਮੈਂ ਵੀ ਜਦ ਗੋਲਡੀ ਨਾਲ ਗੱਲ ਕੀਤੀ ਯਾਨੀ ਕਿ ਆਪਾਂ ਉਹ ਦੂਜੀ ਫਿਲਮ ਦਾ ਗਾਣਾ ਸੁਣ ਕੇ ਆਪਾਂ ਨੂੰ ਸਮਝ ਨਹੀਂ ਆ ਰਹੀ ਉਹ ਕਿੱਦਾਂ ਦਾ ਸਾਇਰਾ ਅੱਡਦਾ ਜੇ ਆਪਾਂ ਕਾਪੀ ਕਰਕੇ ਕੁਛ ਬਣਾਉਣਾ ਸੀਗਾ ਅਤੇ ਅਗੇਨ ਆਪਾਂ ਆਪਣੇ ਵੱਲੋਂ ਬੈਸਟ ਜੋ ਵੀ ਹੋ ਸਕਦਾ ਮਿਊਜ਼ਿਕ ਕਰਾਇਆ ਗੋਲਡੀ ਦੇ ਇਸ ਸਪੈਸ਼ਲ ਇਸ ਗਾਣੇ ਦੇ ਲਈ ਬੋਂਬੇ ਗਿਆ ਘੱਟੋ ਘੱਟ ਨੇ 7-8 ਦਿਨ ਉੱਥੇ ਸਿਰਫ ਪ੍ਰੋਗਰਾਮਿੰਗ ਦੇ ਚੱਕਰ 'ਚ ਲਗਾਏ ਜਸ਼ਰਾਜ ਮਿਊਜ਼ਿਕ ਇੰਨਾ ਵੱਡਾ ਸਟੂਡੀਓ ਜਿੱਥੇ ਬਾਲੀਵੁੱਡ ਦੀਆਂ ਮੂਵੀਜ਼ ਬਣਦੀਆਂ ਨੇ ਸੋਰੀ ਮਿਊਜ਼ਿਕ ਬਣਦਾ ਬਾਲੀਵੁੱਡ ਦੇ ਕੰਮ ਕੀਤਾ ਨਹੀਂ ਗੋਲਡ ਬੋਏ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੇਰੇ ਖਿਆਲ ਇਸ ਤੋਂ ਬਿਹਤਰੀਨ ਗਾਣਾ ਹਜੇ ਤੱਕ ਨਹੀਂ ਬਣਾਇਆ ਸੀ ਜਦ ਆਪਾਂ ਇਸ ਗਾਣੇ ਦੇ ਲਈ ਗਏ ਉਹ ਤੋਂ ਬਾਅਦ ਜਦ ਵੀਡੀਓ ਬਣ ਗਿਆ ਤਾਂ ਸਾਨੂੰ ਸਾਰਿਆਂ ਨੂੰ ਇਹ ਵੇਟ ਸੀਗੀ ਕਿ ਕਦ ਆਡੀਅੰਸ ਦੇ ਰੂਬਰੂ ਗਾਣਾ ਹੋਏਗਾ ਅਤੇ ਆਪਾਂ ਨੂੰ ਆਡੀਅੰਸ ਦਾ ਪਤਾ ਲੱਗੇਗੀ ਆਡੀਅੰਸ ਨੂੰ ਕਿਵੇਂ ਲੱਗਿਆ ਅਤੇ ਰੱਬ ਦੀ ਕਿਰਪਾ ਹੈ ਕਿ ਤੁਸੀਂ ਸਾਰਿਆਂ ਨੂੰ ਗਾਣਾ ਪਸੰਦ ਆਇਆ ਤੁਸੀਂ ਸਾਰੇ ਸਪੋਰਟ ਕਰ ਰਹੇ ਹੋ ਤੁਹਾਡੇ ਕਮੈਂਟਸ ਸਾਨੂੰ ਦੱਸਦੇ ਹੈ ਕਿ ਗਾਣਾ ਕਿੱਦਾਂ ਦਾ ਹੈ ਅਤੇ ਵੀ ਰੀਅਲੀ ਪ੍ਰਾਊਡ ਕਿ ਆਪਾਂ ਤੁਹਾਡੀ ਉਮੀਦ 'ਤੇ ਖਰੇ ਉਤਰੇ ਨਵੀਂ ਵੀਰੇ ਦਾ ਗਾਣਾ ਤੁਹਾਨੂੰ ਬਹੁਤ ਵਧੀਆ ਲੱਗਿਆ ਅਤੇ ਉਮੀਦ ਇਹੀ ਕਰਦੇ ਕਿ ਅੱਗੇ ਵੀ ਜੋ ਵੀ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਆਪਣੇ ਵੱਲੋਂ ਪੂਰੇ ਐਫਰਟਸ ਹੁੰਦੇ ਸਾਡੇ ਅਤੇ ਤੁਹਾਡੇ ਤੋਂ ਇਹੀ ਉਮੀਦ ਕਰਾਂਗੇ ਤੁਸੀਂ ਸਾਡੇ ਨੈਕਸਟ ਸੌਂਗ ਨੂੰ ਵੀ ਪਿਆਰ ਦਿਓ।